ਨਮਸਕਾਰ ਦੋਸਤੋ ਮੈਂ ਤੁਹਾਡਾ ਦੋਸਤ ਮਨੂ ਮੋੜ ਜਿਵੇਂ ਕਿ ਤੁਸੀਂ ਥੰਬਨੇਲ ਵਿੱਚ ਪੜ ਲਿਆ ਹੋਵੇਗਾ ਜਿੰਨੇ ਵੀ ਬੱਚਿਆਂ ਨੇ ਇਸ ਪੰਜਾਬ ਪੁਲਿਸ ਦੇ ਐਗਜ਼ਾਮਸ ਦਿੱਤੇ ਨੇ ਸਬ ਇੰਸਪੈਕਟਰ ਦਾ ਜਾਂ ਏਆਈ ਕਨਸਟੇਬਲ ਦਾ ਜਾਂ ਕਨਸਟੇਬਲ ਦਾ ਉਹ ਉਮੀਦ ਨਾ ਹਾਰੋ ਇਹ ਪੋਸਟ ਵਿੱਚ ਜ਼ਰੂਰ ਅਪਲਾਈ ਕਰੋ ਕਿਉਂਕਿ ਲਗਭਗ ਜਿਹੜਾ ਸਿਲੇਬਸ ਹੈ 60% ਹੈ ਜਿਹੜਾ 60% ਸਿਲੇਬਸ ਸੇਮ ਹੀ ਰਹਿਣਾ ਜਿਹੜਾ ਤੁਸੀਂ ਸਬ ਇਨਸਪੈਕਟਰ ਦਿੱਤਾ ਜਾਂ ਆਈਏ ਕਨਸਟੇਬਲ ਦਿੱਤਾ ਜਾਂ ਕਨਸਟੇਬਲ ਦਾ ਦਿੱਤਾ ਉਹ ਸੇਮ ਸਿਲੇਬਸ ਤੁਸੀਂ ਇਸ ਤੇ ਵੀ ਇੰਪਲੀਮੈਂਟ ਕਰ ਸਕਦੇ ਹੋ ਮਤਲਬ ਜੇ ਜਿਹੜੀ ਤੁਹਾਡੀ ਐਗਜ਼ਾਮ ਦੀ ਤਿਆਰੀ ਤਾਂ ਆਲਰੇਡੀ ਹੁੰਦੀ ਆ ਰਹੀ ਹੈ ਪੰਜਾਬ ਪੁਲਿਸ ਦਾ ਐਗਜ਼ਾਮ ਦਿੱਤਾ ਹੈ ਤਾਂ ਤਿਆਰੀ ਤਾਂ ਕੀਤੀ ਹੋਣੀ ਤੁਸੀਂ ਐਗਜ਼ਾਮ ਦੀ ਉਹੀ ਤਿਆਰੀ ਕੰਟੀਨਿਊ ਰੱਖਣੀ ਹੈ ਆਪਣੀ ਤੇ ਇਹ ਐਗਜ਼ਾਮ ਵੀ ਤੁਸੀਂ ਦੇਣਾ ਹੈ ਜੇ ਉਹ ਕੈਨਸਲ ਹੋ ਗਿਆ ਐਗਜ਼ਾਮ ਤਾਂ ਫਿਕਰ ਨਾ ਕਰੋ ਇੰਨਾ ਐਗਜ਼ਾਮਾਂ ਵਿੱਚ ਸਿਲੈਕਸ਼ਨ ਹੋਣ ਦੇ ਕਾਫੀ ਚਾਂਸ ਨੇ ਤਾਂ ਇਹ ਪੋਸਟ ਹੈ ਜਿਹੜੀ ਤੁਹਾਨੂੰ ਕੀ ਆਲਰੇਡੀ ਪਹਿਲਾਂ ਵੀ ਮੈਂ ਦੱਸੀ ਸੀ 320 ਪੋਸਟਾਂ ਨੇ ਤੇ ਕਾਦੀ ਪੋਸਟ ਨੇ ਇੰਸਪੈਕਟਰ ਆਫ ਕੋਆਪਰੇਟਿਵ ਸੋਸਾਇਟੀ ਦੇ ਡਿਪਾਰਟਮੈਂਟ ਵਿੱਚ ਇੰਸਪੈਕਟਰ ਦੀਆਂ ਪੋਸਟਾਂ ਨੇ ਕੋਈ ਜ਼ਿਆਦਾ ਟਫ ਸਿਲੇਬਸ ਨਹੀਂ ਆ ਦੋਸਤੋ ਮੈਂ ਆਪ ਹੈਰਾਨ ਆ ਇਸ ਤਰ੍ਹਾਂ ਦਾ ਸਿਲੇਬਸ ਇਹਨਾਂ ਨੇ ਪਾਇਆ ਇਹਨਾਂ ਇージー ਸਿਲੇਬਸ ਦਿੱਤਾ ਪੂਰੀ ਡਿਟੇਲ ਵਿੱਚ ਆਪਾਂ ਇੱਥੇ ਰੀਡ ਕਰ ਲੈਣਾ ਤੇ ਇੱਥੇ ਪਹਿਲਾਂ ਸਭ categories ਦੇ ਹਿਸਾਬ ਨਾਲ ਪੋਸਟਾਂ ਦੀ ਗਿਣਤੀ ਤੁਸੀਂ ਦੇਖ ਸਕਦੇ ਹੋ ਤੇ ਟੋਟਲ ਜਿਹੜੀ ਕੈਟਾਗਰੀ ਦੀ ਪੋਸਟਾਂ ਨੇ ਇਹ 320 ਪੋਸਟਾਂ ਨੇ ਤੇ ਇਹਨਾਂ ਵਿੱਚੋਂ ਜਿਹੜੇ 107 ਪੋਸਟਾਂ ਜਿਹੜੀ ਫੀਮੇਲ ਕੈਂਡੀਡੇਟ ਵਾਸਤੇ ਰਿਜ਼ਰਵ ਨੇ ਤੇ ਇਸ ਤੋਂ ਬਾਅਦ ਆਪਾਂ ਇਸ ਦੀ ਏਜ ਲਿਮਿਟ ਦੀ ਗੱਲ ਕਰ ਲੈਂਦੇ ਹੁਣ ਕਿਹੜੇ-ਕਿਹੜੇ ਸੈਲਰੀ ਦੀ ਗੱਲ ਕਰ ਲੀਨੇ ਆਪਾਂ ਸੈਲਰੀ ਇੱਥੇ ਇਹਨਾਂ ਨੇ ਕਾਫੀ ਵਧੀਆ ਸੈਲਰੀ ਦੱਸੀ ਹੋਈ ਆ 35400 ਰੁਪਏ ਸੈਲਰੀ ਇੱਥੇ ਇਹਨਾਂ ਨੇ ਮੈਂਸ਼ਨ ਕੀਤੀ ਹੋਈ ਆ ਉਸ ਤੋਂ ਬਾਅਦ ਕੌਣ-ਕੌਣ ਅਪਲਾਈ ਕਰ ਸਕਦੇ ਨੇ ਜਿਹੜੇ ਬੱਚੇ ਬੈਚਲਰ ਡਿਗਰੀ ਨੇ ਮਤਲਬ ਗ੍ਰੈਜੂਏਸ਼ਨ ਪਾਸ ਨੇ ਐਨੀ ਸਟਰੀਮ ਕਿਸੇ ਵੀ ਸਟਰੀਮ ਵਿੱਚ ਆਪਾਂ ਗ੍ਰੈਜੂਏਸ਼ਨ ਕੀਤੀ ਹੈ ਤਾਂ ਆਪਾਂ ਅਪਲਾਈ ਕਰ ਸਕਦੇ ਆ ਤੇ ਗ੍ਰੈਜੂਏਟ ਕਿਹੜੇ 60% ਮਾਰਕਸ ਨਾਲ ਪਾਸ ਹੋ ਤਾਂ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹੋ ਅਤੇ ਇਸ ਤੋਂ ਬਾਅਦ ਏਜ ਲਿਮਿਟ ਦੀ ਗੱਲ ਕਰੀਏ 18 ਤੋਂ 37 ਸਾਲ ਦਾ ਕੋਈ ਵੀ ਕੈਂਡੀਡੇਟ ਜੇ ਜਨਰਲ ਕੈਟਾਗਰੀ ਵਾਸਤੇ ਨੇ ਇਹ 18 ਤੋਂ 37 ਸਾਲ ਦੀ ਏਜ ਲਿਮਿਟ ਹੈ ਤੇ ਐਸਸੀਐਸਟੀ ਨੂੰ ਐਕਸਟਰਾ 5 ਸਾਲਾਂ ਦੀ ਹੋਰ ਛੋਟ ਅਤੇ ਮਿਲ ਜਾਵੇਗੀ 42 ਸਾਲ ਤੱਕ ਦਾ ਐਸਸੀਐਸਟੀ ਕੈਂਡੀਡੇਟ ਇਸ ਪੋਸਟ ਨੂੰ ਫਿਲ ਕਰ ਸਕਦਾ ਹੈ ਤੇ ਇਸ ਤੋਂ ਇਲਾਵਾ ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰ ਲਈਏ ਆਪਾਂ ਸਿੰਪਲ ਜਿਹਾ ਸਿਲੇਬਸ ਹੈ ਦੇਖੋ ਦੋਸਤੋ ਤੁਸੀਂ ਵੀ ਇੱਥੇ ਧਿਆਨ ਨਾਲ ਦੇਖ ਲਓ ਕੋਈ ਜ਼ਿਆਦਾ ਟਫ ਸਿਲੇਬਸ ਨਹੀਂ ਹੈ ਸਿਲੇਬਸ ਵਿੱਚ ਕੀ ਹੋਵੇਗਾ ਕਵੈਸਚਨ ਨੰਬਰ uh, 1 ਪੁਆਇੰਟ ਨੰਬਰ 1 ਆਪਾਂ ਮੈਂਸ਼ਨ ਕਰੀ ਤਾਂ ਲੌਜੀਕਲ ਰੀਜ਼ਨਿੰਗ ਹੋਵੇਗੀ ਤੇ ਮੈਂਟਲ ਐਬਿਲਿਟੀ ਕੀ ਹੋਵੇ ਦੋਨਾਂ ਟੌਪਿਕਾਂ ਰਿਲੇਟ ਵਿੱਚੋਂ 40 ਨੰਬਰ ਕਵੈਸਚਨ ਆਉਣਗੇ ਟੋਟਲ 40 ਨੰਬਰ ਕਵੈਸਚਨ ਆਉਣਗੇ ਤੇ ਇਹ 40 ਨੰਬਰ ਦੇ ਕਵੈਸਚਨ ਕਿੰਨੇ ਨੰਬਰਾਂ ਦੇ ਹੋਣਗੇ ਇਹ 160 ਨੰਬਰਾਂ ਦੇ ਮਤਲਬ ਇੱਕ ਕਵੈਸਚਨ ਹੋਵੇਗਾ ਜਿਹੜਾ ਉਸ ਦੇ ਤੋਂ ਉਹਨੂੰ 4 ਨੰਬਰ ਮਿਲਣਗੇ ਇੱਕ ਕਵੈਸਚਨ ਦੇ 4 ਨੰਬਰ ਮਿਲਣਗੇ ਇੱਥੇ ਇਹਨਾਂ ਨੇ ਮੈਂਸ਼ਨ ਕਰ ਚੁੱਕੇ ਨੇ ਹੈ ਇਸ ਤੋਂ ਇਲਾਵਾ ਕੀ ਹੈ ਜਨਰਲ ਨੋਲੇਜ ਹੈ ਕਰੰਟ ਅਫੇਅਰ ਨੈਸ਼ਨਲ ਤੇ internationnal related question ਆਪਾਂ ਨੂੰ exam ਵਿੱਚ ਦੇਖਣ ਨੂੰ ਮਿਲਣਗੇ ਕਿੰਨੇ question ਦੇਖਣ ਨੂੰ ਮਿਲਣਗੇ 80 ਤੇ ਇਹਨਾਂ ਦੇ ਜਿਹੜੇ ਨੰਬਰ ਹੋਣਗੇ 80 ਨੰਬਰ ਇਹ questionਾਂ ਦੇ ਤਾਂ 320 ਨੰਬਰ ਆਪਾਂ ਨੂੰ ਮਿਲਣਗੇ ਤਾਂ ਟੋਟਲ question exam ਵਿੱਚ 120 ਪੁੱਛੇ ਜਾਣਗੇ ਤੇ ਕਿੰਨੇ ਨੰਬਰ ਮਿਲਣਗੇ 120 ਨੰਬਰ questionਾਂ ਦੇ ਆਪਾਂ ਨੂੰ 480 ਨੰਬਰ ਮਿਲਣਗੇ ਤਾਂ ਦੋਸਤੋ ਸਿੰਪਲ ਜਿਹਾ ਸਿਲੇਬਸ ਹੈ ਆਲਰੇਡੀ ਤੁਸੀਂ ਤਿਆਰੀ ਇਸ ਦੀ ਕਰ ਚੁੱਕੇ ਹੋ ਜੇ ਤੁਸੀਂ ਸਬ ਇਨਸਪੈਕਟਰ ਜਾਂ ਕਨਸਟੇਬਲ ਜਾਂ ਹੈੱਡ ਕਨਸਟੇਬਲ ਦਾ ਵੀ ਐਗਜ਼ਾਮ ਦਿੱਤਾ ਤਾਂ ਲਗਭਗ 60% ਸੇਮ ਹੀ ਸਿਲੇਬਸ ਹੈ ਕੋਈ ਜ਼ਿਆਦਾ ਡਿਫਿਕਲਟ ਨਹੀਂ ਹੋਵੇਗੀ ਬਸ ਆਪਣੀ ਤਿਆਰੀ ਨੂੰ ਤੁਸੀਂ ਕੰਟੀਨਿਊ ਰੱਖੋ ਤੇ ਇਸ ਪੋਸਟ ਨੂੰ ਅਪਲਾਈ ਵੀ ਤੁਸੀਂ ਇਹਨਾਂ ਦੀ ਆਫੀਸ਼ਲ ਵੈਬਸਾਈਟ ਤੇ ਹੀ ਕਰ ਸਕਦੇ ਹੋ ਸਿੰਪਲ ਜਿਹਾ ਪ੍ਰੋਸੈਸ ਹੈ ਨੀਚੇ ਇਹਨਾਂ ਨੇ ਅਪਲਾਈ ਆਨਲਾਈਨ ਦਾ ਆਪਸ਼ਨ ਦਿੱਤਾ ਇਸ ਤੇ ਆਪਾਂ ਰਜਿਸਟ੍ਰੇਸ਼ਨ ਕਰਕੇ ਆਪਣਾ ਫਾਰਮ ਸਬਮਿਟ ਕਰ ਦਾਂਗੇ ਇਸ ਪੋਸਟ ਰਿਗਾਰਡਿੰਗ ਤੁਸੀਂ ਬੈਸਟ ਬੁੱਕ ਫਾਈਂਡ ਕਰ ਰਹੇ ਹੋ ਮਤਲਬ ਇਹ ਸਿਲੇਬਸ ਤੁਸੀਂ ਕਵਰ ਕਰਨ ਵਾਸਤੇ ਬੈਸਟ ਬੁੱਕ ਫਾਈਂਡ ਕਰ ਰਹੇ ਹੋ ਨਾ ਉਸ ਦਾ ਲਿੰਕ ਵੀ ਮੈਂ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਹੈ ਕਰਨਾ ਕੀ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਜਾਓ ਲਿੰਕ ਤੇ ਕਲਿੱਕ ਕਰੋ ਤੇ ਆਨਲਾਈਨ Amazon ਤੇ ਜਾ ਕੇ ਕੈਸ਼ ਔਨ ਡਿਲੀਵਰੀ ਤੇ ਤੁਸੀਂ ਇਸ ਬੁੱਕ ਨੂੰ ਆਰਡਰ ਕਰ ਸਕਦੇ ਹੋ ਵਿਥਿਨ 2 ਦਿਨਾਂ ਦੇ ਅੰਦਰ ਅੰਦਰ ਤੁਹਾਡੇ ਘਰ ਇਹ ਬੁੱਕ ਪਹੁੰਚ ਜਾਵੇ ਜਿੱਤੇ ਐਗਜ਼ਾਮ ਦੀ ਤਿਆਰੀ ਵਿੱਚ ਜੁਟ ਜਾਓ ਬਾਕੀ ਮੇਨ ਮੇਨ ਜਿਹੜੇ ਵੀ ਇੰਪੋਰਟੈਂਟ ਟੌਪਿਕ ਨੇ ਉਹਨਾਂ ਦੀ ਕਲਾਸਸ ਵੀ ਤੁਹਾਨੂੰ ਸਾਡੇ ਚੈਨਲ ਤੇ ਮਿਲਦੀਆਂ ਰਹਿਣਗੀਆਂ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਐਂਡ ਜੇ ਤੁਹਾਡੀ ਕੋਈ ਕੁਐਰੀ ਹੈ ਕੋਈ ਸਵਾਲ ਹੈ ਇਸ ਰਿਗਾਰਡਿੰਗ ਇਸ ਪੋਸਟ ਰਿਗਾਰਡਿੰਗ ਤਾਂ ਇਹ ਮੇਰਾ ਇੰਸਟਾਗ੍ਰam ਆਈਡੀ ਨੰਬਰ ਹੈ ਇਸ ਤੇ ਮੈਨੂੰ ਫੋਲੋ ਕਰਕੇ ਮਿਲਣਾ ਗੱਲ ਕਰਕੇ ਪੂਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਐਂਡ ਜੇ ਇਹ ਵੀਡੀਓ ਬੈਨੀਫੀਸ਼ੀਅਲ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਓ ਤੇ ਇੱਕ ਕਮੈਂਟ ਜ਼ਰੂਰ ਕਰ ਦਿਓ